ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਚੱਕਦੇ ਹੋਏ ਅੱਜ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਦਿੱਲੀ ਨੇ ਸਰਦਾਰ ਸੁਖਦੇਵ ਸਿੰਘ ਢੀਂਸਾ ਦੇਕਰ ਆਪਣੀ ਸ਼ਿਰਕਤ ਕੀਤੀ ਤੇ ਨਾਲ ਹੀ ਉਨ੍ਹਾਂ ਨੂੰ ਇੱਕ ਮੈਮੋਰੈਂਡਮ ਦੇ ਰਾਹੀਂ ਬੇਨਤੀ ਕੀਤੀ ਕਿ ਛੇਤੀ ਤੋਂ ਛੇਤੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੱਕਿਆ ਜਾਵੇ ਤਾਂ ਜੋ ਛੇਤੀ ਤੋਂ ਛੇਤੀ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਆਓ ਆਪ ਜੀ ਨੂੰ ਸੁਣਾਣਿਆ ਕਿ ਇਸ ਮੌਕੇ ਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਕੀ ਕੁਝ ਕਿਹਾ ਦੇਖੋ ਜਿਹੜੇ ਵੀ ਸਿੱਖ ਨੇ ਕਿਸੇ ਵੀ ਜਗ੍ਹਾ ਬੈਠੇ ਨੇ ਉਹਨਾਂ ਦੇ ਦਿਲ ਦੇ ਬਹੁਤ ਨਜ਼ਦੀਕ ਹੈ ਕਿ ਜਿਹੜੇ ਬੰਦੀ ਸਿੰਘ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਕਾਨੂੰਨੀ ਤੌਰ ਤੇ ਵੀ ਪੂਰੀਆਂ ਹੋ ਚੁੱਕੀਆਂ ਔਰ ਉਹ ਪਿੱਛੋਂ ਕੋਈ ਕ੍ਰਿਮੀਨਲ ਜਾਂ ਜੁਰਾਇਮ ਪੇਸ਼ਾ ਨਹੀਂ ਸਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਨਾਜਾਇਜ਼ ਜਵਾਨੀ ਪੰਜਾਬ ਦੀ ਤਬਾਹ ਕਰ ਦਿੱਤੀ ਜਾਵੇ ਦਰਬਾਰ ਸਾਹਿਬ ਤੇ ਤੋਪਾਂ ਚਾੜ ਦਿੱਤੀਆਂ ਜਾਣ ਨਵੰਬਰ ਇੰਦਰਾ ਦੇ ਕਤਲ ਤੋਂ ਬਾਅਦ ਇੱਥੇ ਜੋ ਹਿੰਦੁਸਤਾਨ ਤੋਂ ਬਾਹਰ ਹੋਇਆ ਉਹਦੇ ਬਾਅਦ ਜੋ ਉਹਨਾਂ ਨੇ ਭਾਵਨਾਵਾਂ ਵਿੱਚ ਆ ਕੇ ਕੰਮ ਕੀਤਾ ਉਹਦੀਆਂ ਸਜ਼ਾਵਾਂ ਭੁੱਗ ਚੁੱਕੇ ਨੇ ਸਰਕਾਰ ਨੂੰ ਛੱਡਣਾ ਚਾਹੀਦਾ ਜਿਹੜੇ ਵੀ ਜਿੱਥੇ ਵੀ ਬੈਠੇ ਨੇ ਮੈਂ ਸਮਝਦਾ ਕਿ ਇਹ ਕੌਮ ਦਾ ਕੰਮ ਹੈ ਉਹ ਕੋਈ ਭਾਜਪੀ ਚਾ ਕਾਂਗਰਸ ਚਾ ਆਮ ਆਦਮੀ ਚਾ ਉਹਨੂੰ ਛੱਡ ਦਿਓ ਤੁਸੀਂ ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਕਿ ਸਰਕਾਰ ਤੇ ਪ੍ਰੈਸ਼ਰ ਪਾਵੇ ਚੋਣਾ ਰਾਉਂਡ ਦੀ ਕੋਲਰ ਨੇ ਔਰ ਸਰਕਾਰ ਦਾ ਮਨ ਬਣਿਆ ਹੋਇਆ ਮੈਂ ਸਮਝਦਾ ਜੇ ਤੁਸੀਂ ਪ੍ਰੈਸ਼ਰ ਪਾਓਗੇ ਤੇ ਇਹਦਾ ਰਿਜ਼ਲਟ ਪੋਜ਼ਿਟਿਵ ਹੋਏਗਾ ਜਿਹੜੇ ਸਾਡੇ ਬੰਦੀ ਸਿੰਘ ਨੇ ਜਿਹੜੇ ਡਿਊ ਨੇ ਰਿਹਾਈ ਵਾਸਤੇ ਉਹ ਛੁੱਟਣ ਕੇ ਸੇ